ਰੂਹ ਦੀਆਂ ਬੋਰੀਆਂ ਨਾਲ ਭਰੇ ਖੜ੍ਹੇ ਟਰੱਕ ਨੂੰ ਲੱਗੀ ਅੱਗ। ਲੁਧਿਆਣਾ ਦੇ ਟਿੱਬਾ ਰੋਡ 'ਤੇ ਬੀਤੀ ਰਾਤ ਬਿਜਲੀ ਦੇ ਖੰਭੇ ਕੋਲ ਖੜ੍ਹੇ ਰੂਹ ਦੀਆਂ ਬੋਰੀਆਂ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਰੂਹ ਸੜ ਕੇ ਸਵਾਹ ਹੋ ਗਿਆ। ਇਸ ਦਾ ਪਤਾ ਲੱਗਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ। ਟਰੱਕ ਮਾਲਕ ਅਨੁਸਾਰ ਉਹ ਸ਼ਾਮ ਨੂੰ ਆਪਣਾ ਟਰੱਕ ਖੜ੍ਹਾ ਕਰਕੇ ਗਿਆ ਸੀ ਅਤੇ ਥੋੜ੍ਹੀ ਦੇਰ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਟਰੱਕ ਨੂੰ ਅੱਗ ਲੱਗ ਗਈ ਹੈ। ਗੱਲ ਪਤਾ ਨਹੀਂ ਵਿੱਚ ਵਿੱਚ ਮਾਲ ਸੀਗਾ ਬਾਡੀ ਦੇ, ਪਤਾ ਨਹੀਂ ਮਤਲਬ ਮਾਲ ਸੀਗਾ, ਤਾਰਾਂ ਸਪਾਰ ਕਰਦੀਆਂ ਪਤਾ ਨਹੀਂ ਕੀ ਚੱਕਰ ਬਣਿਆ, ਘਰੇ ਗਾਰਨੇਟ ਦੇ ਰੂਈ ਦੇ ਵੇਸਟ ਦੇ ਬੋਰੇ ਸੀਗੇ। ਅਸੀਂ ਇੱਥੋਂ ਕਹਿੰਦੇ ਆ ਫੋਕਲ ਪੁਆਇੰਟ ਤੋਂ ਲੈ ਕੇ ਆਏ ਸੀਗੇ, ਇੱਥੇ ਖੜੀ ਕੀਤੀ ਸੀ, ਜਾਣੀ ਸੀ ਗਾਂਹ ਜਾਣੀ, ਨੁਕਸਾਨ ਬਸ ਗੱਡੀ ਖਤਮ ਹੋ ਗਈ, ਨੁਕਸਾਨ ਮਾਲ ਸੀਗਾ ਲੱਖ ਡੇਢ ਲੱਖ ਰੁਪਏ ਦਾ। ਅਤੇ ਕਹਿੰਦੇ ਹੁਣੀ ਮੈਂ ਇੱਥੇ 4:30-4:5 ਵਜੇ ਲਾ ਕੇ ਗਿਆ ਗੱਡੀ, ਕੋਈ ਕਿਸੇ ਨਹੀਂ ਦੱਸਿਆ, ਬਸ ਇੱਥੇ ਹੱਲਾ ਲੱਲਾ ਪਤਾ ਲੱਗਾ, ਬਸ ਹੋਰ ਕੁਛ ਨਹੀਂ ਪਤਾ ਲੱਗਾ।